ਸਸਪੀਸ਼ੀਅਸ ਬੰਬ ਲਾਈਕ ਆਬਜੈਕਟ ਵਾਸਤੇ ਜਿਹੜਾ ਹੈਗਾ। ਲਗਭਗ 35 ਮਿੰਟਸ ਆ ਟੀਮ ਇੱਥੇ ਆਈ ਹੈਗੀ। ਬੰਬ ਥਰੈਟ ਵਾਸਤੇ ਸਿਕਿਉਰਿਟੀ ਡਰਿਲ ਜਿਹੜੇ ਆਪਾਂ ਕਰਦੇ ਹੈਗੇ। ਤੋਂ ਬਾਅਦ ਸਾਡੀ ਬੰਬ ਡਿਸਪੋਜ਼ਲ ਟੀਮ ਜਿਹੜੀ ਜਲੰਧਰ 'ਚ ਸਟੇਸ਼ਨ ਹੈਗੀ, ਉਹਨੇ ਰੈਸਪੋਂਡ ਕੀਤਾ ਹੈਗਾ। ਜੀ, ਸਿਕਿਉਰਿਟੀ ਪ੍ਰੀਪਰੇਸ਼ਨਸ ਨੂੰ ਚੈੱਕ ਕਰਨ ਵਾਸਤੇ ਅਤੇ ਸਾਡੀ ਜਿਹੜੀ ਸਿਕਿਉਰਿਟੀ ਡਰਿਲ ਹੈਗੀ ਉਹਨੂੰ ਟਾਈਮਿੰਗਸ ਨੂੰ ਚੈੱਕ ਕਰਨ ਵਾਸਤੇ ਅਤੇ ਪ੍ਰੀਪੇਅਰਨੈਸ ਨੂੰ ਚੈੱਕ ਕਰਨ ਵਾਸਤੇ ਜਿਹੜਾ ਹੈਗਾ, ਅੱਜ ਇੱਕ ਮੌਕ ਡਰਿਲ ਕੀਤੀ ਗਈ ਹੈਗੀ, ਜਿਹਦੇ ਵਿੱਚ ਇੱਕ ਸਸਪੀਸ਼ੀਅਸ ਬੰਬ ਲਾਈਕ ਆਬਜੈਕਟ ਵਾਸਤੇ ਜਿਹੜਾ ਹੈਗਾ ਉਹ ਆਹ ਮੌਕ ਡਰਿਲ ਰੱਖੀ ਗਈ ਹੈਗੀ, ਜਿਹੜਾ ਇੱਥੇ SSB ਆਫਿਸ ਦੇ ਬਾਹਰ ਇੱਕ ਸਸਪੈਕਟਡ ਆਈਟਮ ਜਿਹੜਾ ਡਿਟੈਕਟ ਕੀਤਾ ਗਿਆ। ਅਤੇ ਉਸ ਤੋਂ ਬਾਅਦ ਸਾਡੀ ਬੰਬ ਡਿਸਪੋਜ਼ਲ ਟੀਮ ਜਿਹੜੀ ਜਲੰਧਰ 'ਚ ਸਟੇਸ਼ਨ ਹੈਗੀ, ਉਹਨੇ ਰੈਸਪੋਂਡ ਕੀਤਾ ਹੈਗਾ। ਅਤੇ ਬਹੁਤ ਹੀ ਕਮ ਸਮਾਂ 'ਚ ਲਗਭਗ 35 ਮਿੰਟਸ ਆ ਟੀਮ ਇੱਥੇ ਆਈ ਹੈਗੀ। ਇਨ ਬਿਟਵੀਨ ਜਿਹੜਾ ਪੂਰਾ ਏਰੀਆ ਕੋਡਨ ਕਰਵਾਇਆ ਗਿਆ। ਬਾਅਦ 'ਚ ਐਜ ਪਰ ਸਟੈਂਡਰਡ ਪ੍ਰੋਸੀਜਰ ਟੀਮ ਨੇ ਇਸ ਚੀਜ਼ ਨੂੰ ਜਿਹੜਾ ਸਸਪੈਕਟਡ ਮਟੀਰੀਅਲ ਹੈਗਾ ਉਹਨੂੰ ਹੈਂਡਲ ਕੀਤਾ ਹੈਗਾ। ਅਤੇ ਜਿਵੇਂ ਕਿ ਤੁਸੀਂ ਦੇਖਿਆ ਵੀ ਹੈਗਾ ਇਹਨੂੰ, ਅਤੇ ਇਹ ਸਾਡੀ ਸਟੈਂਡਰਡ ਸਿਕਿਉਰਿਟੀ ਡਰਿਲਸ ਹੁੰਦੀ ਹੈਗੀ, ਜਿਹਦੇ ਵਿੱਚ ਜਿੱਦਾਂ ਆਪਾਂ ਕਹਿ ਸਕਦੇ ਹੈਗੇ ਆਮ ਭਾਸ਼ਾ 'ਚ ਕਿ ਵੀ ਬੰਬ ਥਰੈਟ ਵਾਸਤੇ ਸਿਕਿਉਰਿਟੀ ਡਰਿਲ ਜਿਹੜੇ ਆਪਾਂ ਕਰਦੇ ਹੈਗੇ, ਜਾਂ ਕੋਈ ਹੋਰ ਸਸਪੈਕਟਡ ਓਬਜੈਕਟ ਜਾਂ ਕੋਈ ਐਕਸਪਲੋਜੀਵ ਜਾਂ ਇਸ ਤਰੀਕੇ ਚੀਜ਼ਾਂ, ਅਤੇ ਉਹਦੇ ਸੰਬੰਧ 'ਚ ਅੱਜ ਕੀਤਾ ਗਿਆ ਹੈਗਾ। ਬਹੁਤ ਚੰਗੇ ਦਰਜੇ ਨਾਲ ਜਿਹੜਾ ਹੈਗਾ, ਜਿਹੜਾ ਇਹਨੂੰ ਹੈਂਡਲ ਕਰਨ ਦਾ ਜਿਹੜਾ ਦਰਜਾ ਹੁੰਦਾ ਹੈਗਾ, ਸਟੈਂਡਰਡ ਪ੍ਰੋਟੋਕੋਲਸ ਹੁੰਦੇ ਹੈਗੇ, ਉਹਦੇ ਹਿਸਾਬ ਨਾਲ ਸਾਡੀ ਟੀਮਸ ਨੇ ਇਹਨੂੰ ਟੈਕਲ ਕਰ ਰਹੀ ਹੈਗੀ। ਹੁਣ ਵੀ ਚੱਲ ਰਿਹਾ ਹੈਗਾ ਪ੍ਰੋਸੀਜਰ, ਅਤੇ ਆਹ ਸਾਡਾ ਸਿਕਿਉਰਿਟੀ ਪ੍ਰਿਪੇਅਰਡਨੈਸ ਨੂੰ ਸ਼ੋਅ ਕਰਦਾ ਹੈਗਾ। ਅਸੀਂ ਕਮਿਟਿਡ ਹਾਂ ਮਾਨਯੋਗ DGP ਸਾਹਿਬ ਪੰਜਾਬ ਦੀ ਡਾਇਰੈਕਸ਼ਨ ਹੇਠ ਅਤੇ DIG ਜਲੰਧਰ ਡਾਇਰੈਕਸ਼ਨ ਹੇਠ ਕਿ ਵੀ ਲੋਅ ਐਂਡ ਆਰਡਰ ਨੂੰ ਮੇਨਟੇਨ ਰੱਖਿਆ ਜਾਵੇ, ਐਟ ਦੀ ਸੇਮ ਟਾਈਮ ਸਾਰੀ ਚੀਜ਼ਾਂ ਦੀ ਸੁਰੱਖਿਆ ਵਾਸਤੇ ਜਿਹੜਾ ਹੈਗਾ ਉਹ ਵੀ ਪ੍ਰਿਪੇਅਰ ਰਿਹਾ ਜਾਵੇ।